ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ, ਪਿੰਡ ਬਰਗਾੜੀ, ਇਹ ਜੈਤੋ ਤਹਿਸੀਲ ਅਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ। ਕੋਟਕਪੂਰੇ ਤੋਂ ਬਠਿੰਡੇ ਨੂੰ ਜਾਂਦੇ ਹਾਂ, ਜਦੋਂ ਵਾਇਆ ਬਾਜਾਖਾਨਾ ਤਾਂ ਹਾਈਵੇ ਇਸ ਪਿੰਡ ਦੇ ਵਿੱਚ ਦੀ ਲੰਘਿਆ। ਜਿਹੜੇ ਘਰ 'ਚੋਂ ਅੱਜ ਵੀਡੀਓ ਬਣਾ ਰਹੇ ਹਾਂ, ਬਾਈ ਕੋਲ ਕਦੇ ਕਦੇ ਕੋਈ ਪਸ਼ੂ ਵਿਕਰੀ ਵਾਲਾ ਹੁੰਦਾ। ਅੱਜ ਦੀ ਵੀਡੀਓ ਦੇ ਵਿੱਚ ਇੱਕ ਮੱਝ ਦਿਖਾਉਣੀ ਹੈ, ਅਤੇ ਬਿਲਕੁਲ ਹੀ ਤਾਜ਼ੀ ਸੂਈ ਵੀ ਬੱਚਿਆਂ ਨੇ ਕੱਟੀ ਨੂੰ ਜਨਮ ਦਿੱਤਾ। ਪੁੜਿਆਂ 'ਚ ਹਜੇ ਟੋਏ ਪੈਂਦੇ ਆ ਕਿਉਂਕਿ ਤਾਜ਼ੀ ਸੂਈ ਹੈ। ਤਾਜ਼ੇ ਸੂਏ ਪਸ਼ੂ ਦਾ ਇੱਕ ਜ਼ਰੂਰ ਰਹਿੰਦਾ ਵੀ ਇਹ ਕੁਛ ਦਿਨ ਲੈਂਦਾ ਦੁਬਾਰਾ ਭਰਨ 'ਤੇ, ਕੁੱਖ ਚੱਕਣ 'ਤੇ, ਕਿਉਂਕਿ ਪੱਠਾ ਨੀਰਾ ਪਸ਼ੂ ਖਾਂਦਾ ਤਾਂ ਫਿਰ ਜਾ ਕੇ ਪੂਰਾ ਜਿਹੜਾ ਉਹ ਆਪਦਾ ਢਾਂਚਾ ਦਿਖਾਉਂਦਾ। ਸੋ ਆਓ ਡਿਟੇਲ ਪੁੱਛੀਏ, ਵੀਡੀਓ ਨੂੰ ਐਂਡ ਤੱਕ ਦੇਖ ਲਿਓ। ਜਿਹਨੂੰ ਪਸੰਦ ਆ ਜੂ ਵੀਰ, ਦੋ ਟਾਈਮ ਤਸੱਲੀ ਕਰ ਸਕਦਾ, ਹਾਲਾਂਕਿ ਹੁਣ ਤਾਂ ਸਿਰਫ ਬੌਲਾ ਹੈ ਦੋਸਤੋ, ਇੱਕ ਟਾਈਮ 'ਚ ਹੀ ਕਨਫਰਮ ਹੋ ਜਾਣਾ ਕਿਉਂਕਿ ਤੁਸੀਂ ਧਾਰਾ ਮਾਰ ਕੇ ਦੇਖ ਲਓਗੇ, ਗੱਭਣ ਵਾਲੀ ਗੱਲ ਹੀ ਹੈ, ਬਾਕੀ ਦੁੱਧ ਕਿੰਨਾ ਚੋਲੋਂਗੇ ਤੁਹਾਡੀ ਸਮਝ ਹੈ। ਸਤਿ ਸ਼੍ਰੀ ਅਕਾਲ ਰਮੇਸ਼ ਭਾਈ। ਸਤਿ ਸ਼੍ਰੀ ਅਕਾਲ ਜੀ। ਰਮੇਸ਼ ਭਾਈ, ਅੱਜ ਜਿਹੜੀ ਇਹ ਮੱਝ ਆਪਾਂ ਦਿਖਾ ਰਹੇ ਹਾਂ, ਕਿੰਨਵਾਂ ਸੂਆ? ਇਹ ਦੂਜਾ ਸੂਆ ਜੀ। ਕਿੰਨੇ ਦਿਨ ਹੋ ਗਏ ਸੂਈ ਨੂੰ? ਬਸ ਕੱਲ੍ਹ ਸੂਈ ਹੈ ਜੀ। ਕੱਲ੍ਹ ਸੂਈ ਹੈ, ਹਾਂਜੀ, ਠੀਕ ਹੈ। ਅੱਛਾ ਬਾਈ, ਪਹਿਲੇ ਸੂਏ ਦਾ ਦੁੱਧ ਠੀਕ ਠੀਕ ਜਿੰਨਾ ਕੁ ਚੋਇਆ ਹੋਵੇ ਉਹ? ਬਾਈ 13.5 ਲੀਟਰ ਚੋਇਆ। 13.5? ਹਾਂਜੀ, ਜਾਣੀ 12 ਤੋਂ ਬਾਹਰ ਤਾਂ ਦਿੱਤਾ ਹੀ ਮੌਜ ਨਾ ਜੀ। ਇੱਕ ਇੰਨੀ ਠੰਡੀ ਸੀਲ ਆ ਜੀ, ਜਦੋਂ ਮਰਜ਼ੀ ਇਹਨੂੰ ਦੋਨੇ ਪਾਸੇ ਬਹਿ ਕੇ ਚੋਲਨੇ ਆ, ਇਹ ਦੋਵੇਂ ਪਾਸੇ ਬਹਿ ਕੇ ਚੋਲੇ। ਹਾਂਜੀ, ਹੁਣ ਵੀ ਚੋ ਕੇ ਦਿਖਾ ਦਿਆਂਗੇ ਆਪਾਂ। ਠੀਕ ਹੈ, ਬੱਚਿਆਂ ਨੇ ਕੱਟੀ ਦਿੱਤੀ ਕੀ ਰੇਟ ਰਹੂਗਾ? ਰੇਟ 1,15 ਜੀ। 1,15,000। ਖੜੀ ਰਹਿਣ ਦੀ ਮਾੜਾ ਹਵਾਨਾ ਦਿਖਾ ਲਗੇ ਦੋਸਤੋ, ਇੱਕ ਵਾਰ ਹਵਾਨਾ ਇਵੇਂ ਜੇ ਦੇਖੋ ਫਿਰ ਇਹ ਤੋਰਾਂਗੇ। ਹਾਂ, ਠੰਡੀ ਸੀਲ ਇੰਨੀ ਹੈ ਜੀ, ਜਿਵੇਂ ਮਰਜ਼ੀ ਇਹਨੂੰ ਬੈਠੀ ਜਾਓ, ਕੋਈ ਚੱਕਰ ਨਹੀਂ। ਕੋਈ ਬੰਦੇ ਹੁਣ ਹਵਾਨਾ ਢਿੱਲਾ ਦਿਖਾਉਂਦੀ ਹੈ, ਸੂਣ ਲੱਗੀ ਨੇ ਹਵਾਨਾ ਪੂਰਾ। ਹਾਂ ਜੀ, ਟਾਇਟ ਸੀ। ਠੀਕ ਹੈ, ਖੋਲੋ ਬਾਈ ਤੋਰਿਓ। ਦੋਸਤੋ, ਜਗਾਲੀ ਨਹੀਂ ਛੱਡੀ ਮੱਝ ਨੇ, ਮੈਂ ਇਹ ਗੱਲ ਨੋਟ ਕਰਦਾ ਹੁੰਦਾ ਜਦੋਂ ਉਪਰਾ ਬੰਦਾ ਆ ਜੇ, ਜਿਹੜੀ ਡਰਦੀ ਮੱਝ ਹੈ ਜਾਂ ਥੋੜ੍ਹਾ ਬਹੁਤ ਗਰਮ ਹੈ, ਗਰਮੈਸ ਚ ਹੈ, ਤਾਂ ਉਹ ਨਹੀਂ ਖੜੂਗੀ ਜੀ। ਆਪ ਛੱਡੀ ਹੈ, ਗਾਈਆਂ ਨੂੰ ਆਪ ਛੱਡਣੀ ਪਊ। ਅੱਛਾ, ਅੰਦਰ ਹੀ ਤੋਰ ਤੇ ਪਾਉਂਦੇ? ਐਂ ਨੂੰ ਚੱਲ ਪੈਂਦੇ। ਠੀਕ ਹੈ, ਇੱਧਰ ਤੋਰਨਾ। ਸੋ ਇਹਨੇ ਕੱਟੀ ਨੂੰ ਦੱਸੋ ਜਨਮ ਦਿੱਤਾ। ਬਾਈ ਕਹਿੰਦਾ ਵੀ ਗਾਵਾਂ ਅਰਗੀ, ਚੱਟ ਲੈਂਦੇ ਬਾਈ ਕੱਟੀ ਨੂੰ, ਮਾੜਾ ਕਿਹਾ ਮੋਹ ਹੁੰਦਾ ਪਸ਼ੂ ਦਾ। ਸਿੱਧੀ ਤੋਰੀ ਬਾਈ ਉਧਰ ਨੂੰ। ਸੋ ਇਹ ਦੇਖੋ ਦੱਸੋ ਮੱਝ, ਜਿਹਨੂੰ ਪਸੰਦ ਆਵੇ। 1,15,000 ਰੇਟ ਹੈ ਹਵਾਨਾ ਇਸ ਟਾਈਮ, ਕਿਉਂਕਿ ਸੂਕ ਹੀ ਹਟੀ ਹੈ, ਤੋਂ ਉਵੇਂ ਬਹੁਤਾ ਜ਼ਿਆਦਾ ਨਹੀਂ ਦਿਸਦਾ। ਅੱਗੇ ਨੂੰ ਹਵਾਨਾ ਚੰਗਾ ਖਾਣ ਸੋਹਣੇ ਹੈ ਜੇ, ਇੱਥੇ ਖੜਾਉਣੇ ਲੈ, ਕੋਈ ਚੱਕਰ ਨਹੀਂ ਜੀ। ਠੀਕ ਹੈ, ਹੁਣ ਬਾਈ ਤੋਰ ਉਧਰ ਨੂੰ ਲਿਜਾਈ। ਸੋ ਬਾਕੀ ਆ ਕੇ ਦੋਸਤੋ ਪਾਸ ਕਰਿਓ ਜਿਹੜਾ ਪਸ਼ੂ ਤੁਸੀਂ ਖਰੀਦਣਾ। ਰੇਟ ਹਮੇਸ਼ਾ ਮਾਲਕ ਆਪਦੀ ਮਰਜ਼ੀ ਦਾ ਰੱਖਦਾ, ਮੇਰਾ ਕੰਮ ਵੀਡੀਓ 'ਚ ਪਸ਼ੂ ਦਿਖਾਉਣ ਦਾ ਹੁੰਦਾ, ਕਿਉਂਕਿ ਜਿਹਨੇ ਪਸ਼ੂ ਸਾਂਭਿਆ ਜਾਂ ਜਿਹੜਾ ਪਸ਼ੂ ਦਾ ਜਾਂ ਕਿਸੇ ਵੀ ਚੀਜ਼ ਦਾ ਮਾਲਕ ਹੈ, ਮੁੱਲ ਉਹ ਆਪਦੀ ਮਰਜ਼ੀ ਨਾਲ ਕਰਦਾ, ਅਸੀਂ ਤਾਂ ਸਿਰਫ ਐਡ ਕਰਨ ਵਾਲੇ ਹੁੰਦੇ ਹਾਂ। ਸੋ ਹਵਾਨਾ ਇਸ ਮੱਝ ਦਾ ਫੇਰ ਤੁਸੀਂ ਦੇਖ ਲਓ ਜੋ ਕੰਡੀਸ਼ਨ ਦੇ ਵਿੱਚ ਹੋਣਾ। ਮੈਂ ਸ਼ਾਮ ਨੂੰ ਵੀਡੀਓ ਬਣਾ ਰਿਹਾ, ਇਹ ਗੱਲ ਜ਼ਰੂਰ ਤੁਹਾਨੂੰ ਦੱਸ ਦਿੰਦਾ, ਇਸ ਟਾਈਮ ਚਵਾਈ ਦਾ ਟਾਈਮ ਹੋਇਆ ਪਿਆ। ਦੋਨੇ ਪਾਸੇ ਬੈਠ ਕੇ ਬਾਈ ਕਹਿੰਦਾ ਵੀ ਇਹਨੂੰ ਅਸੀਂ ਚੋ ਲੈਂਦੇ ਹਾਂ, ਢਾਂਚਾ ਇਹਦਾ ਫਿਰ ਚੋ ਕੇ ਦਿਖਾਉਣਾ ਜੀ ਆਪਾਂ। ਸੋ ਇੱਦਾਂ ਦਾ ਰੁੱਖ ਹਵਾਨੇ ਦਾ ਦੱਸੋ ਹੁੰਦਾ, ਅਤੇ ਹੁਣ ਵੀ ਬਾਈ ਕਹਿੰਦਾ ਵੀ ਆਪਾਂ ਦੋਨੇ ਪਾਸੇ ਬੈਠ ਕੇ ਇਹਦੀਆਂ ਧਾਰਾਂ ਵੀ ਮਾਰ ਕੇ ਦਿਖਾਵਾਂਗੇ। ਉਹ ਹੁਣ ਸਾਈਡ ਨੂੰ ਜਾਂਦੀ ਹੈ ਤਾਂ ਹਵਾਨਾ ਫੇਰ ਦੇਖ ਲਓ, ਅਤੇ ਇਹਦੇ ਨਾਲ ਕੱਟੀ ਹੈ ਦੱਸੋ, ਇਹ ਸੂਈ ਕੱਲ੍ਹ ਹੀ ਹੈ ਮੱਝ, ਕੱਟੀ ਨੂੰ ਇਹਨੇ ਜਨਮ ਦਿੱਤਾ। ਸੋ ਦੱਸੋ ਥਣ ਇੱਕ ਵਾਰ ਤੁਹਾਨੂੰ ਦਿਖਾ ਦਿਆਂ, ਪਸਮਾ ਦੇ ਵਿੱਚ ਇੱਦਾਂ ਦਾ ਥਣ ਦਾ ਸਾਈਜ਼ ਹੋਇਆ, ਇਹ ਤੁਸੀਂ ਦੇਖ ਲਓ, ਇੱਦਾਂ ਦਾ ਰੁੱਖ ਰਹੂਗਾ ਥਣਾਂ ਦਾ। ਬਾਕੀ ਜਿਹੜਾ ਭਰਾ ਖਰੀਦਣਾ ਚਾਹੂਗਾ ਉਹ ਆ ਕੇ ਦੇਖ ਲੂਗਾ। ਧਾਰਾਂ ਦਿਖਾ ਦਿੰਦੇ ਹਾਂ ਮਾਰ ਕੇ, ਦੋਨੇ ਪਾਸੇ ਬੈਠ ਕੇ ਬਾਈ ਹੋਰੀ ਦੱਸਦੇ ਸੀ ਜਿਵੇਂ ਚੋ ਲੈਂਦੇ ਹਾਂ, ਤਾਂ ਉਹ ਤੁਸੀਂ ਦੇਖ ਵੀ ਲਓਗੇ। ਧਾਰਾਂ 4 ਥਣਾਂ 'ਚੋਂ ਦੇਖ ਲਓ ਤੁਸੀਂ, ਕਿਉਂਕਿ ਤਾਜ਼ੀ ਸੂਈ ਹੈ ਦੋਸਤੋ, ਮਾਰਨੀਆਂ ਤਾਂ ਧਾਰਾਂ ਹੀ ਹੈ, ਅਤੇ ਬਾਕੀ ਜਿਹੜਾ ਭਰਾ ਖਰੀਦਣਾ ਚਾਹੇ। ਇੱਕ ਗੱਲੋਂ ਇਹ ਆ ਵੀ ਇਹ ਮੱਝ ਦੋਨੇ ਪਾਸੇ ਬੈਠ ਕੇ ਚਵਾ ਲੈਂਦੀ ਹੈ, ਕਿੰਨਾ ਦੁੱਧ ਚੋਲੋਂਗੇ ਤੁਹਾਡੀ ਸਮਝ ਹੈ। ਅੱਜ ਦੀ ਵੀਡੀਓ ਚੈੱਕ ਹੀ ਨਗ ਸੀ। ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ, ਬਹੁਤ ਮਿਹਰਬਾਨੀ ਦੋਸਤੋ।